ਹੁਣ ਨੈਕਸਟ ਯੂਨਿਟ ਕੀ ਹੈ ਤੁਹਾਡੀ ਮਟੀਰੀਅਲ ਕੰਟਰੋਲ ਮਟੀਰੀਅਲ ਸਮਝ ਆਉਂਦਾ ਕੀ ਹੁੰਦਾ ਕੀ ਹੁੰਦਾ ਜੋ ਮੈਨੂਫੈਕਚਰਿੰਗ ਲਈ ਇੱਕ ਪ੍ਰੋਡਕਟ ਨੂੰ ਬਣਾਉਣ ਲਈ ਆਪਣਾ ਮਟੀਰੀਅਲ ਹੁੰਦਾ ਆ ਉਹ ਜੋ ਮਤਲਬ ਚੀਜ਼ਾਂ ਲੱਗਦੀਆਂ ਨੇ ਗੁੱਡ ਥਿੰਗਸ ਜੋ ਵੀ ਲੱਗਦਾ ਉਹ ਕੀ ਹੁੰਦਾ ਹੈ ਤੁਹਾਡਾ ਮਟੀਰੀਅਲ ਠੀਕ ਹੈ The success of any industry or enterprise depends to greater extent upon the successful control of material. Further, the input provides a number of avenues and wide scope for improvement of overall performance of the industry. Inventory control therefore aims at ensuring the availability of required quality material in required quantity at required time or period at place with minimum cost. ਹੁਣ ਮਟੀਰੀਅਲ ਕੀ ਹੁੰਦਾ ਹੈ ਡੈਫੀਨੇਟ ਮਟੀਰੀਅਲ ਮਟੀਰੀਅਲ ਕੰਟਰੋਲ ਦੀ ਡੈਫੀਨੇਸ਼ਨ ਕੀ ਹੈ ਜੋ ਤੁਹਾਡੇ ਕੋਲ ਸਟੋਕ ਪਿਆ ਹੋਇਆ ਜੋ ਤੁਹਾਡੇ ਕੋਲ ਇਨਵੈਂਟਰੀ ਪਈ ਹੈ ਉਹਦੇ 'ਤੇ ਪ੍ਰੋਪਰ ਕੀ ਕਰਨਾ ਕੰਟਰੋਲ ਕਰਨਾ ਜੋ ਤੁਸੀਂ ਉਹਦੇ ਵਿੱਚ ਯੂਜ਼ ਕਰ ਰਹੇ ਹੋ ਇੱਕ ਪ੍ਰੋਡਕਟ ਨੂੰ ਪ੍ਰਿਪੇਅਰ ਕਰਨ ਵਾਸਤੇ ਕੀ ਹੋਵੇ ਉਹਦੀ ਕੋਸਟ ਕੀ ਹੋਵੇ ਘੱਟ ਹੋਵੇ ਠੀਕ ਹੈ ਕੋਸਟ ਕੀ ਕੋਸਟ ਨੂੰ ਤੁਸੀਂ ਕੀ ਕਰਨਾ ਹੈ ਕੰਟਰੋਲ ਕਰਨਾ ਆ ਠੀਕ ਹੈ ਤੁਹਾਡੇ ਕੋਲ ਮਟੀਰੀਅਲ ਕਿਹੜਾ ਹੋਣਾ ਚਾਹੀਦਾ ਕੁਆਲਿਟੀ ਮਟੀਰੀਅਲ ਹੋਣਾ ਚਾਹੀਦਾ ਜਿੰਨੀ ਤੁਸੀਂ ਕੁਆਂਟਿਟੀ ਮੰਗਵਾ ਰਹੇ ਹੋ ਉਸ ਮਟੀਰੀਅਲ ਦੀ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਉਹ ਕੁਆਲਿਟੀ ਮਟੀਰੀਅਲ ਹੋਣਾ ਚਾਹੀਦਾ ਤੁਹਾਡੇ ਕੋਲ ਟਾਈਮ ਪੀਰੀਅਡ ਇੱਕ ਟਾਈਮ ਪੀਰੀਅਡ 'ਤੇ ਤੁਹਾਡੇ ਕੋਲ ਮਟੀਰੀਅਲ ਕੀ ਹੋ ਜਾਣਾ ਚਾਹੀਦਾ ਅਵੇਲੇਬਲ ਹੋਣਾ ਚਾਹੀਦਾ ਹੈ ਠੀਕ ਹੈ ਉਸ ਪਲੇਸ 'ਤੇ ਉਸ ਜਗ੍ਹਾ 'ਤੇ ਤੁਹਾਡੇ ਕੋਲ ਇੱਕ ਟਾਈਮ ਪੀਰੀਅਡ ਹੁੰਦਾ ਆ ਕਿ ਤੁਹਾਡੇ ਕੋਲ ਉਹ ਮਟੀਰੀਅਲ ਕੀ ਹੋਵੇ ਉਸ ਟਾਈਮ 'ਤੇ ਅਵੇਲੇਬਲ ਹੋਵੇ ਠੀਕ ਹੈ ਇਹ ਨਾ ਹੋਵੇ ਤੁਹਾਡੇ ਕੋਲ ਮਟੀਰੀਅਲ ਹੈ ਨਹੀਂ ਤੁਹਾਡੀ ਲੇਬਰ ਵਿਹਲੀ ਬੈਠੀ ਹੋਈ ਹੈ ਉੱਥੇ ਤੁਹਾਡੀ ਕੀ ਹੁੰਦੀ ਹੈ ਕੋਸਟ ਇਨਕਰਡ ਹੁੰਦੀ ਹੈ ਠੀਕ ਹੈ ਓਬਜੈਕਟਿਵਸ ਕੀ ਨੇ ਹੁਣ ਮਟੀਰੀਅਲ ਨੂੰ ਕੰਟਰੋਲ ਕਰਨ ਦੇ ਪ੍ਰੋਪਰ ਐਸਟੀਮੇਸ਼ਨ ਆਫ ਇਨਵੈਂਟਰੀ ਰਿਕੁਆਇਰਮੈਂਟਸ ਕੁਆਂਟਿਟੀ ਕੁਆਲਿਟੀ ਸਪੈਸੀਫਿਕੇਸ਼ਨ ਆਫ ਇਨਵੈਂਟਰੀ ਐਟਸੈਟਰਾ ਤੁਹਾਨੂੰ ਉਹਦਾ ਕੀ ਹੋਣਾ ਚਾਹੀਦਾ ਮਟੀਰੀਅਲ ਦਾ ਪ੍ਰੋਪਰ ਆਈਡੀਆ ਹੋਣਾ ਚਾਹੀਦਾ ਆ ਕਿ ਤੁਹਾਡੀ ਕਿੰਨੀ ਕਿੱਦਾਂ ਦੀ ਕੁਆਂਟਿਟੀ ਕਿੰਨੀ ਹੋਣੀ ਚਾਹੀਦੀ ਹੈ ਕਿੱਦਾਂ ਦੀ ਕੁਆਲਿਟੀ ਹੋਣੀ ਚਾਹੀਦੀ ਹੈ ਕਿਸ ਟਾਈਮ ਪੀਰੀਅਡ ਤੱਕ ਤੁਸੀਂ ਉਸ ਮਟੀਰੀਅਲ ਨੂੰ ਕੀ ਕਰਨਾ ਆ ਫਿਨਿਸ਼ ਕਰਨਾ ਹੈ ਪ੍ਰਿਪੇਅਰ ਕਰਨਾ ਹੈ ਠੀਕ ਹੈ ਦ ਸਟੋਰਸ ਡਿਪਾਰਟਮੈਂਟ ਹੈਜ਼ ਆਲਸੋ ਐਨ ਇਫੈਕਟਿਵ role to play for stock levels by keeping only the required quantity of materials excess employment of capital or materials can be avoided further it can reduce the loss of material during the storage period and keep the material in good condition stores de vich ki keh rahe ya jo tuhanu material bach janda hai ohnu ki karna hai ek safe tarike naal stores de vich ki karna store karna hai theek hai jehde unna de warehouse wagaira hunde utthe ki karde hai jehda raw material unna kol bach janda hai further production vaste ki karde hai ohnu store karde hai theek hai It is the production departments which are capable of extracting the maximum output from each unit of material thereby contributing heavily to minimize the loss of material during the production period and to maximize the productivity hun production department de vich oh ki keh reha ki ohna nu ki chahida hai maximum output chahidi hai te cost ki chahidi hai ghat chahidi hai theek hai ਮਤਲਬ ਜੋ ਤੁਹਾਡਾ ਮਟੀਰੀਅਲ ਵੇਸਟੇਜ ਹੋ ਰਹੀ ਆ ਉਹ ਕੀ ਹੋਵੇ ਉੱਥੇ ਉਹ ਕੰਟਰੋਲ ਕਰਨਗੇ ਉਹਨੂੰ ਉਹ ਘੱਟ ਕਰਨਗੇ ਤਾਂ ਤੁਹਾਡੀ ਆਟੋਮੈਟਿਕਲੀ ਕੋਸਟ ਕੀ ਹੋ ਜਾਣੀ ਹੈ ਕੰਟਰੋਲ ਹੋ ਜਾਣੀ ਹੈ ਘੱਟ ਜਾਣੀ ਹੈ ਮੈਥਡਸ ਐਂਡ ਟੈਕਨੀਕਸ ਆਫ ਮਟੀਰੀਅਲ ਕੰਟਰੋਲ ਹੁਣ ਇਹਦੇ ਮੈਥਡਸ ਅਤੇ ਟੈਕਨੀਕਸ ਕੀ ਨੇ ਮਟੀਰੀਅਲ ਕੰਟਰੋਲ ਇਜ਼ ਅ ਸਿਸਟਮੈਟਿਕ ਕੰਟਰੋਲ ਓਵਰ ਦੀ ਪਰਚੇਜ਼ਿੰਗ ਸਟੋਰਿੰਗ ਐਂਡ ਯੂਜ਼ਿੰਗ ਆਫ ਮਟੀਰੀਅਲ ਟੂ ਮਿਨੀਮਾਈਜ਼ ਦੀ ਪੋਸੀਬਲ ਕੋਸਟ ਹੁਣ ਇਹਨੂੰ ਕੀ ਇੱਕ ਸਿਸਟਮੈਟਿਕ ਵੇ ਨਾਲ ਕੀ ਕੀਤਾ ਜਾਂਦਾ ਮਟੀਰੀਅਲ ਨੂੰ ਕੰਟਰੋਲ ਕੀਤਾ ਜਾਂਦਾ ਆ ਠੀਕ ਹੈ ਦਿਸ ਟੈਕਨੀਕ ਆਫ ਮਟੀਰੀਅਲ ਕੰਟਰੋਲ ਇਜ਼ ਹੈਲਪਫੁਲ ਇਨ ਅਵੋਇਡਿੰਗ ਓਵਰ ਸਟਾਕਿੰਗ ਐਂਡ ਅੰਡਰ ਸਟਾਕਿੰਗ ਆਫ ਮਟੀਰੀਅਲ ਇਨ ਸਟੋਰ ਦ ਸਟਾਕ ਲੈਵਲ ਆਰ ਫਿਕਸਡ ਬਾਈ ਦੀ ਪਰਚੇਸ ਮੈਨੇਜਰ ਐਂਡ ਇਟ ਇਜ਼ ਦੀ ਡਿਊਟੀ ਆਫ ਸਟੋਰ ਕੀਪਰ ਟੂ ਓਬਜ਼ਰਵ ਦੈਮ ਇਨ ਆਰਡਰ ਟੂ ਰਿਕੁਜ਼ੀਸ਼ਨ ਦ ਸਟੋਰਸ ਫਾਰ ਰਿਪਲੈਨਿਸ਼ਮੈਂਟ ਦ ਸਟੋਰ ਕੀਪਰ should have a complete idea about different stock levels the various stock or inventory levels are as follows hun oh ki keh reha va jo ek idi responsibility hai material sara kine dekhna hai store keeper ne dekhna ki mere kol kinna material pya kinna main mangwana hai te jo jehda purchase manager hoega oh ki karega ohdi ki responsibility bandi hai oh ek level de denda hai ek level set kar denda ki tade kol inna raw material hona chahida is production vaste theek hai ਅੱਗੇ ਉਹਨਾਂ ਨੇ ਕੀ ਕਿਹਾ ਸਟਾਕ ਔਰ ਇਨਵੈਂਟਰੀ ਦੇ ਕੁਝ ਲੈਵਲਸ ਦਿੱਤੇ ਹੋਏ ਆ ਪਹਿਲਾ ਲੈਵਲ ਕੀ ਹੈ ਮੈਕਸੀਮਮ ਸਟਾਕ ਲੈਵਲ ਦਾ ਮੈਕਸੀਮਮ ਸਟਾਕ ਲੈਵਲ ਰਿਪ੍ਰੈਜੈਂਟਸ ਦੀ ਅਪਰ ਲਿਮਿਟ ਬਿਯੋਂਡ ਵਿੱਚ ਦੀ ਕੁਆਂਟਿਟੀ ਆਫ ਐਨੀ ਆਈਟਮ
it is not normally allowed to rise. The objective behind this is to ensure that the working capital is not blocked in stores unnecessarily. This is normally equal to aggregate the minimum stock level and the economic order quantity. It is computed the following formula. Maximum stock level ki hunda ya? मैक्सिमम स्टॉक लैवल मतलब तुहाडे कोल एक लिमिट सी स्टॉक दी कि तुहाडा इन्ना प्रोडक्शन दे विच ला गया जेहड़ा तुहाडे कोल उपर स्टॉक बचदा है वो तुहाडा की है मैक्सिमम स्टॉक लैवल. मैक्सिमम स्टॉक लैवल हुण कैलकुलेट करन दा फॉर्मूला की है रीऑर्डर लैवल माइनस रीऑर्डर क्वांटिटी इनू ब्रैकेट दे विच रखना है माइनस मैक्सिमम कंजम्पशन इनटू मिनिमम रीऑर्डर पीरियड. दूसरा फॉर्मूला की है रीऑर्डर लैवल माइनस मिनिमम कंजम्पशन प्लस रीऑर्डर क्वांटिटी. हुण उत्थे जिहड़ा ब्रैकेट दे विच माइनस लग्या होया वो तुहानूं पता है ना कि जद आपां माइनस अंदर मल्टीप्लाई करदे आ तां साइन चेंज हो जांदे इसलिए इन्हां नूं ब्रैकेट दे विच ही रखियो. मिनिमम स्टॉक लैवल पहला की सी मैक्सिमम स्टॉक लैवल हुण की है मिनिमम स्टॉक लैवल. इट इज दैट लैवल बिलो विच स्टॉक शुड नॉट नॉर्मली बी अलाउड टू फॉल. मिनिमम स्टॉक लैवल इज ऑल्सो कॉल्ड सेफ्टी और बफर स्टॉक. द ऑब्जेक्टिव बिहाइंड दिस इज टू सी दी प्रोडक्शन एक्टिविटीज आर नॉट स्टॉप्ड फॉर वॉन्ट ऑफ मटीरियल. मिनिमम लैवल इज कंप्यूटेड बाय द फॉलोइंग फॉर्मूला. हुण मिनिमम स्टॉक लैवल की है तुहानूं तुसीं एक आइडिया लैके रखते हो कि सानूं घट तो घट इन्ना मटीरियल चाहिए ही चाहिए आ ठीक है इस प्रोडक्शन वास्ते. हुण इहदा फॉर्मूला की है रीऑर्डर लैवल माइनस नॉर्मल कंजम्पशन पर यूनिट ऑफ टाइम इनटू एवरेज लीड टाइम. सेकंड फॉर्मूला की है रीऑर्डर लैवल माइनस नॉर्मल कंजम्पशन इनटू नॉर्मल रीऑर्डर पीरियड. डेंजर लेवल दिस इज अ लेवल एट विच नॉर्मल इश्यूज ऑफ मटीरियल्स आर स्टॉप्ड एंड मटीरियल्स आर इश्यूड फॉर इम्पॉर्टेंट वर्क्स और प्रोजेक्ट्स ओनली. नॉर्मली स्टॉक लेवल शुड नॉट बी अलाउड टू फॉल बिलो मिनिमम लेवल. इफ इट फॉल्स बिलो द मिनिमम लेवल देन इट इंडिकेट्स दैट अर्जेंट एक्शंस ऑफ रिप्लेनिशमेंट ऑफ स्टॉक मस्ट बी टेकन टू अवॉइड स्टॉक आउट सिचुएशन. डेंजर लेवल इज नॉर्मली फिक्स्ड बिलो द मिनिमम स्टॉक लेवल. इट इज कैलकुलेटेड विद द फॉलोइंग फॉर्मूला. हुण डेंजर लेवल की हुंदा है उन्होंने पहला की सी एक मिनिमम लैवल सैट कर लेंगे कि सानू इन्ना मटीरियल चाहिए ही चाहिए आ. हुण अगर उहदे तो भी मटीरियल घट जाता तो किहदे विच आंदा आ डेंजर लैवल दे विच. हुण इहनू कैलकुलेट करन दी की फॉर्मूला है मिनिमम कंजम्पशन पर यूनिट ऑफ टाइम इनटू मिनिमम लीड टाइम फॉर एमरजेंसी परचेजेस. दूसरा की है नॉर्मल कंजम्पशन इनटू मैक्सिमम रीऑर्डर पीरियड अंडर एमरजेंसी कंडीशंस. जिहड़ा तुहानू इन्हां दोनों विचों फॉर्मूलाज ईजी लगनगे ओ वाले कर लियो ठीक है. दोनों दे विच ना पजल होयो ए ना होवे एक याद करो दूसरा भूल जावो. हरेक दे विचों एक एक फॉर्मूला लर्न कर लियो. नेक्स्ट की है तुहाडा रीऑर्डर लैवल. रीऑर्डर लैवल एट विच द फ्रैश ऑर्डर इज प्लेस्ड फॉर परचेज ऑफ मटीरियल इज कॉल्ड द रीऑर्डर इन्वेंट्री लैवल. वैन द स्टॉक ऑफ मटीरियल रीचेज दिस लैवल द स्टोर कीपर शुड इनिशिएट एक्शन for the purchase of material. This is fixed between maximum and minimum levels and it will be normally higher than the minimum stock level. ठीक है reorder level की है दोबारा तो की करनी उस material की purchase करनी ठीक है. For example तो उन्हों minimum level set किया हुआ सी उन्हों दिख रहा है हुण मेरे को की है material खत्म हुंदा जा रहा तां उत्थे वो की करदे दोबारा order place करदे है material दोबारा मंगवाते हैं ठीक है. उन्हें की क्या हुण एक किदे रीऑर्डर लैवल है जिहड़ा किन्ना दे विचकार होएगा मैक्सिमम और मिनिमम लैवल दे इन बिटवीन होएगा ठीक है. रीऑर्डर लैवल दा फॉर्मूला की है हुण मैक्सिमम कंजम्पशन इनटू मैक्सिमम रीऑर्डर पीरियड. एवरेज लैवल दिस इज द एवरेज ऑफ मैक्सिमम एंड मिनिमम लैवल. इट इज कैलकुलेटेड विद द हेल्प ऑफ फॉलोइंग फॉर्मूला. एवरेज की हुंदी है एवरेज तां पता है ना मैक्सिमम और मिनिमम दे विच जो डिफरेंस उन्होंने की कर देंगे टू ना डिवाइड ठीक है. मैक्सिमम लेवल प्लस मिनिमम लेवल डिवाइडेड बाय टू. नेक्स्ट है तुहाडा इकोनॉमिक ऑर्डर क्वांटिटी. इकोनॉमिक ऑर्डर क्वांटिटी टू मार्क्स दे विच क्वेश्चन आंदा ही आंदा आ प्रैक्टिकल आंदा इहदा हमेशा.
The ordering of material is usually tagged with three different components of cost. ਹੁਣ economic order quantity ਨੂੰ ਕੀ ਕੀਤਾ ਹੈ ਤਿੰਨ different parts ਦੇ ਵਿੱਚ divide ਕੀਤਾ ਆ three components ਨੇ ਇਹਦੇ ਪਹਿਲਾ ਕਿਹੜਾ ਹੈ acquisition cost of material ਦੂਸਰਾ ਕੀ ਹੈ ordering cost of material ਤੀਸਰਾ ਕੀ ਹੈ carrying cost of material acquisition cost of material ਦੇ ਵਿੱਚ ਕੀ ਹੋਏਗਾ purchase ਨਹੀਂ ਹੋਣਾ ਪਹਿਲਾਂ ਉਹ ਸਾਰੇ ਤੋਂ ਆਪਣੇ prices ਵਗੈਰਾ ਲੈਂਦੇ ਆ ਠੀਕ ਹੈ acquisition of material overall determine ਕਰਦੇ ਆ analyze ਕਰਦੇ ਆ ਕਿ ਇਸ material ਦੀ ਸਾਨੂੰ cost ਕੀ ਪੈਣੀ ਹੈ ਠੀਕ ਹੈ ordering cost of material ਫਿਰ ਜਿਹੜਾ ਉਹਨਾਂ ਨੂੰ suitable ਲੱਗਦਾ ਆ ਉੱਥੇ ਕੀ ਕਰਦੇ ਆਪਣਾ order place ਕਰਦੇ ਆ थर्ड की है कैरिंग कॉस्ट ऑफ मटीरियल उत्थे हुण फिर उन्होंने की करनी है वो पेमेंट करनी है तो उत्थे उन्होंने की होगी कॉस्ट इनकर्ड होगी ठीक है द ऑर्डरिंग क्वांटिटी ऑफ मटीरियल मे बी ईदर लार्जर और लैसर इन वॉल्यूम विच कैरीज इट्स ओन एडवांटेज एंड डिसएडवांटेज हुण ऑर्डरिंग क्वांटिटी की हो सकती है वेरी हो सकती है किस अकॉर्डिंग प्रोडक्शन के अकॉर्डिंग जिदा का ऑर्डर होएगा अगे कस्टमर ने जिदा का ऑर्डर दिता होगा उस अकॉर्डिंग तुम अपनी प्रोडक्शन करोगे घट भी हो सकती है वध भी हो सकती है ठीक है इफ द क्वांटिटी ऑर्डर्ड इज लार्जर इन वॉल्यूम द फॉलोइंग सम पॉइंट सम ऑफ द इंपॉर्टेंट एडवांटेजेस वो कहता अगर तुम्हारी क्वांटिटी ज्यादा है तो की होएगा द बल्क परचेज ऑर्डर रिड्यूसिज द ऑर्डरिंग कॉस्ट जो भी तुम कोई भी चीज़ बल्क के परचेज करते उत्थे की हो जाती है तुम्हारी कॉस्ट की हो जाती है घट जाती है ना ਘੱਟਦੀ ਹੁੰਦੀ ਹੈ ਨਾ ਤੁਸੀਂ ਨੋਟਬੁੱਕਸ ਵਗੈਰਾ ਲੈਣ ਜਾਂਦੇ ਹੋ ਤੁਸੀਂ ਜ਼ਿਆਦਾ ਮਤਲਬ 12 ਨੋਟਬੁੱਕਸ ਲੈ ਲਈਆਂ ਉੱਥੇ ਕੀ ਕਰਦੇ ਹੋ ਕੋਸਟ ਘਟਾ ਦਿੰਦੇ ਹੈ ਨਾ ਅਗਰ ਇੱਕ ਰਜਿਸਟਰ ਲਓਗੇ ਤਾਂ ਉਹਨਾਂ ਨੇ ਕੀ ਦੇਣੀ ਹੈ ਐਮ ਆਰ ਪੀ ਦੇ ਅਕੋਰਡਿੰਗ ਦੇਣੀ ਹੈ ਠੀਕ ਹੈ ਉਸੇ ਤਰ੍ਹਾਂ ਉਹ ਕੀ ਕਹਿ ਰਹੇ ਅਗਰ ਤੁਸੀਂ ਬਲਕ ਦੇ ਵਿੱਚ ਪਰਚੇਸ ਕਰਦੇ ਹੋ ਤਾਂ ਉੱਥੇ ਤੁਹਾਡੀ ਕੋਸਟ ਕੀ ਹੋ ਜਾਂਦੀ ਹੈ ਔਰਡਰਿੰਗ ਕੋਸਟ ਕੀ ਹੋ ਜਾਂਦੀ ਹੈ ਘੱਟ ਜਾਂਦੀ ਹੈ ਦ ਗ੍ਰੇਟਰ ਦ ਸਾਈਜ਼ ਆਫ ਦੀ ਆਰਡਰ ਲੀਡਸ ਟੂ ਰਿਡਿਊਸ ਦੀ ਨੰਬਰ ਆਫ ਦੀ ਆਰਡਰਸ ਇਨ ਪ੍ਰੋਕਿਊਰਿੰਗ ਦੀ ਮਟੀਰੀਅਲ ਅਗੇਨ ਉਹ ਕੀ ਕਹਿ ਰਿਹਾ ਗ੍ਰੇਟਰ ਸਾਈਜ਼ ਆਫ ਦੀ ਆਰਡਰ ਲੀਡਸ ਟੂ ਰਿਡਿਊਸ ਦੀ ਨੰਬਰ ਆਫ ਆਰਡਰਸ ਇਨ ਪ੍ਰੋਕਿਊਰਿੰਗ ਦੀ ਮਟੀਰੀਅਲ ਕੀ ਤੁਸੀਂ ਇੱਕ ਵਾਰੀ ਆਰਡਰ ਕਰੋਗੇ ਤਾਂ ਤੁਹਾਨੂੰ ਵਾਰ ਵਾਰ ਉਹੀ ਆਰਡਰ ਪਲੇਸ ਕਰਨ ਦੀ ਕੀ ਨਹੀਂ ਪੈਣੀ ਜ਼ਰੂਰਤ ਨਹੀਂ ਪੈਣੀ ਤੁਹਾਡੇ ਉੱਥੇ ਕੀ ਹੋਣਾ ਉਹ ਟਾਈਮ ਸੇਵ ਹੁੰਦਾ ਹੈ ਤੁਹਾਡਾ ਠੀਕ ਹੈ ਟਾਈਮ ਸੇਵ ਹੁੰਦਾ ਨਾਲ ਦੇ ਨਾਲ ਕੀ ਹੁੰਦੀ ਹੈ ਕੋਸਟ ਵੀ ਸੇਵ ਹੁੰਦੀ ਹੈ ਅਗਲਾ ਕੀ ਹੈ ਤੁਹਾਡਾ ਕੁਆਂਟਿਟੀ ਡਿਸਕਾਊਂਟਸ ਦ ਡਿਸਕਾਊਂਟਸ ਕੈਨ ਬੀ ਕਲਾਸੀਫਾਈਡ ਇਨ ਟੂ ਕੈਟੇਗਰੀਜ਼ ਫਰਦਰ ਅੱਗੇ ਇਹਨਾਂ ਨੇ ਡਿਸਕਾਊਂਟ ਨੂੰ ਕੀਤਾ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਪਹਿਲਾ ਕਿਹੜਾ ਟ੍ਰੇਡ ਡਿਸਕਾਊਂਟ ਦੂਸਰਾ ਕਿਹੜਾ ਆ ਕੈਸ਼ ਡਿਸਕਾਊਂਟ ਟ੍ਰੇਡ ਡਿਸਕਾਊਂਟ ਇਜ਼ ਏ ਡਿਸਕਾਊਂਟ ਗ੍ਰਾਂਟਡ ਬਾਈ ਸਪਲਾਈਰ ਟੂ ਦੀ ਬਾਇਰ ਆਫ ਮਟੀਰੀਅਲ ਐਟ ਦੀ ਮੂਵਮੈਂਟ ਆਫ ਬਲਕ ਪਰਚੇਸ ਟ੍ਰੇਡ ਡਿਸਕਾਊਂਟ ਕਿਹੜਾ ਹੁੰਦਾ ਜਿਹੜਾ ਬਲਕ ਪਰਚੇਸ ਤੇ ਦਿੰਦੇ ਆ ਠੀਕ ਹੈ ਦ ਦਿਸ ਪਰਸੈਂਟੇਜ ਡਿਸਕਾਊਂਟ ਇਜ਼ ਗ੍ਰੇਟਲੀ ਪੋਸੀਬਲ ਓਨਲੀ ਡਿਊਰਿੰਗ ਦੀ ਪੀਰੀਅਡ ਆਫ ਗ੍ਰੇਟਰ ਵਾਲਿਊਮ ਆਫ ਪਰਚੇਸ ਵਿਚ ਰਿਡਿਊਸਿਸ ਦੀ ਓਵਰਆਲ ਕੋਸਟ ਇਫ ਦੀ ਕੁਆਂਟਿਟੀ ਇਸ ਪ੍ਰੋਕਿਊਰਡ ਹੁਣ ਸੈਕਿੰਡ ਕੀ ਕਹਿ ਰਿਹਾ ਅਗਰ ਤੁਹਾਡੀ ਕੀ ਹੈ ਲੈਸਰ ਕੁਆਂਟਿਟੀ ਹੈ ਤਾਂ ਉਹਦੀ ਐਡਵਾਂਟੇਜਿਸ ਕੀ ਹੋਣਗੇ ਦਾ ਕੈਰਿੰਗ ਕੋਸਟ ਵਿਲ ਕਮ ਡਾਊਨ ਇਨ ਦੀ ਕੇਸ ਆਫ ਲੈਸਰ ਇਨਵੈਂਟਰੀਜ਼ ਦਾ ਕੋਸਟ ਆਫ ਸਟੋਰੇਜ ਇਜ਼ ਲੈਸਰ ਲੋਸ ਡਿਊ ਟੂ ਡਿਟੋਰੇਸ਼ਨ ਓਬਸੋਲੈਂਸ ਵੇਸਟੇਜ ਵਿਲ ਬੀ ਮਿਨੀਮਮ ਇੰਸ਼ੋਰੈਂਸ ਕੋਸਟ ਇਜ਼ ਲੈਸ ਡਿਊ ਟੂ ਲੈਸਰ ਵਾਲਿਊਮ ਆਫ ਮਟੀਰੀਅਲ ਕੀ ਹੈ ਕੀ ਕਹਿ ਰਿਹਾ ਉਹ ਤੁਹਾਡੇ ਸਟੋਰੇਜ ਲਈ ਤੁਹਾਨੂੰ ਕੀ ਕਰਨੀ ਪੈਣੀ ਉਹਦੀ ਕੋਸਟ ਘੱਟ ਬੀਅਰ ਕਰਨੀ ਪੈਣੀ ਹੈ ਫਿਰ ਕੀ ਕਹਿ ਰਿਹਾ ਵੇਸਟੇਜ ਵਗੈਰਾ ਘੱਟ ਹੋਏਗੀ ਠੀਕ ਹੈ ਥਰਡ ਕੀ ਹੈ ਇੰਸ਼ੋਰੈਂਸ ਤੇ ਕੋਸਟ ਘੱਟ ਪੈਣੀ ਹੈ ਅਗਲਾ ਹੈਗਾ ਤੁਹਾਡਾ ਟੈਬੂਲਰ ਮੈਥਡ ਵੈਨ ਦੇਅਰ ਆਰ ਕੁਆਂਟਿਟੀ ਡਿਸਕਾਊਂਟਸ ਆਫਰਡ ਬਾਏ ਦੀ ਸਪਲਾਇਰ ਐਟ ਡਿਫਰੈਂਟ ਲੋਟ ਸਾਈਜ਼ਸ ਪਰਚੇਸ ਦੈਟ ਇਜ਼ purchase price of material varies at different quantity levels the tabular method is used to determine economic order quantity tabular method ki keh reha tusi different purchases karde ho ode te tuhanu ki milda hai different discount milda hai theek hai hun ik tusi bulk de vich purchase karoge ode te tuhanu ki milega discount zyada milega hun itthe different levels tusi alag alag tarah di purchase karde ho ode te tuhanu discount vi alag alag milna hai ਇਹਦੇ ਤੋਂ ਤੁਸੀਂ ਕੀ ਕਰੋਗੇ ਹੁਣ ਇਕਨੋਮਿਕ ਆਰਡਰ ਕੁਆਂਟਿਟੀ ਫਾਈਂਡ ਆਊਟ ਕਰੋਗੇ ਇਹ ਰਿਹਾ ਇਕਨੋਮਿਕ ਆਰਡਰ ਕੁਆਂਟਿਟੀ ਦਾ ਫਾਰਮੂਲਾ ਇਕਨੋਮਿਕ ਆਰਡਰ ਕੁਆਂਟਿਟੀ ਇਹਨੂੰ ਕਿਹਦੇ ਨਾਲ ਡਿਨੋਟ ਕਰਦੇ ਆ ਈ ਓ ਕਿਊ ਸ਼ਾਰਟ ਫਾਰਮ ਇਹਦੀ ਕੀ ਹੈ ਈ ਓ ਕਿਊ ਇਜ਼ ਇਕੁਅਲ ਟੂ ਅੰਡਰ ਰੂਟ 2AO ਡਿਵਾਈਡਡ ਬਾਏ ਆਈ ਹੁਣ ਇਹ ਕੀ ਹੈ ਤੁਹਾਡੀ ਐਨੂਅਲ ਕੰਜ਼ੰਪਸ਼ਨ ਠੀਕ ਹੈ
ਉੱਥੇ ਲਿਖਿਆ ਨਹੀਂ ਹੋਇਆ, ਤੁਸੀਂ ਲਿਖ ਲਓ ਇਹ ਕੀ ਹੈ ਐਨੂਅਲ ਕੰਜ਼ੰਪਸ਼ਨ, ਉਹ ਕੀ ਹੈ ਆਰਡਰਿੰਗ ਕਾਸਟ, ਆਈ ਕੀ ਹੈ ਕੈਰਿੰਗ ਕਾਸਟ, ਕੈਰਿੰਗ ਕਾਸਟ, ਆਰਡਰਿੰਗ ਕਾਸਟ, ਆਈ ਕੈਰਿੰਗ ਕਾਸਟ, ਕੈਰਿੰਗ ਕਾਸਟ, ਇਕਨੋਮਿਕ ਆਰਡਰ ਕੁਆਂਟਿਟੀ ਕਲੀਅਰ ਹੈ ਸਾਰਿਆਂ ਨੂੰ ਕੀ ਹੁੰਦਾ ਹੈ, ਬੋਲੋ ਇਕਨੋਮਿਕ ਆਰਡਰ ਕੁਆਂਟਿਟੀ ਬੋਲੋ, ਇਕਨੋਮਿਕ ਆਰਡਰ ਕੁਆਂਟਿਟੀ ਮਤਲਬ ਤੁਹਾਡੀਆਂ ਡਿਫਰੈਂਟ ਟਾਈਪਸ ਆਫ ਪਰਚੇਜ਼ ਹੋਣਗੇ, ਉਹਨਾਂ 'ਤੇ ਤੁਹਾਨੂੰ ਡਿਫਰੈਂਟ ਟਾਈਪਸ ਆਫ ਕੀ ਮਿਲਣਾ ਆ, ਡਿਸਕਾਊਂਟ ਮਿਲਣਾ ਆ। ਅਗਰ ਤੁਹਾਡੀ ਪਰਚੇਜ਼ ਜ਼ਿਆਦਾ ਹੋਏਗੀ ਤਾਂ ਤੁਹਾਨੂੰ ਡਿਸਕਾਊਂਟ ਵੀ ਕੀ ਮਿਲੇਗਾ, ਜ਼ਿਆਦਾ ਮਿਲੇਗਾ। ਤੁਹਾਡੀ ਪਰਚੇਜ਼ ਡਿਫਰੈਂਟ ਹੋਏਗੀ ਤਾਂ ਤੁਹਾਨੂੰ ਡਿਸਕਾਊਂਟ ਵੀ ਕਿਸ ਅਕੋਰਡਿੰਗ ਮਿਲਣਾ ਹੈ, ਤੁਹਾਡੀ ਪਰਚੇਜ਼ ਦੇ ਅਕੋਰਡਿੰਗ ਮਿਲਣਾ ਹੈ। ਠੀਕ ਹੈ, ਇਹ ਆ ਤੁਹਾਡਾ ਇਕਨੋਮਿਕ ਆਰਡਰ ਕੁਆਂਟਿਟੀ। ਨੈਕਸਟ ਕੀ ਹੈ, ਜਸਟ ਇਨ ਵਨ ਟਾਈਮ ਸਿਸਟਮ, JIT, ਜਸਟ ਇਨ ਵਨ ਟਾਈਮ ਸਿਸਟਮ। Just in time is a production and inventory control system in which material are purchased and unit are produced only as needed at meet actual customer demand. Just in time system de vich oh ki keh reha, jehda tusi material ki karde ho, purchase karde ho te jo tusi produce karde ho, output dinne ho, onu finished goods banane ho, kide needs de according, ਕਸਟਮਰ ਦੀ ਐਕਚੁਅਲ ਨੀਡਸ ਦੇ ਅਕੋਰਡਿੰਗ ਜੋ ਪ੍ਰੋਡਕਸ਼ਨ ਹੁੰਦੀ ਹੈ ਉਹ ਕੀ ਉਹਦੇ ਉਹਨੂੰ ਕੀ ਕਹਿੰਦੇ ਹੈ, ਜਸਟ ਇਨ ਟਾਈਮ ਸਿਸਟਮ। ਇਹਦੇ ਵਿੱਚ ਕੁਝ ਲੈਵਲਸ ਦਿੱਤੇ ਹੋਏ ਨੇ ਉਹਨਾਂ ਨੇ, ਡਾਇਗਰਾਮ ਦਿਖ ਰਿਹਾ, ਡਾਇਗਰਾਮ ਸਭ ਤੋਂ ਪਹਿਲਾਂ ਕੀ ਆਉਂਦਾ ਆ, ਕਸਟਮਰ, ਕਸਟਮਰ ਕੀ ਕਰਦਾ ਆ, ਆਪਣਾ ਆਰਡਰ ਪਲੇਸ ਕਰਦਾ, ਸਭ ਤੋਂ ਪਹਿਲਾਂ ਉਹ ਕੀ ਕਰੂਗਾ, ਆਪਣੀ ਇਨਕੁਆਇਰੀਜ਼ ਵਗੈਰਾ ਕਰੇਗਾ। ਠੀਕ ਹੈ, ਇਨੀਸ਼ੀਏਟਰ ਹੁੰਦਾ ਕਸਟਮਰ। ਠੀਕ ਹੈ, ਉਸ ਤੋਂ ਬਾਅਦ ਕੀ ਕਰਦਾ, ਉਹਨੇ ਆਪਣਾ ਸਾਰਾ ਓਵਰਆਲ ਐਨਾਲਾਈਜ਼ ਕਰ ਲਿਆ ਕਿ ਮੈਨੂੰ ਕਿੱਥੇ ਕੋਸਟ ਘੱਟ ਪੈ ਰਹੀ ਹੈ। ਠੀਕ ਹੈ, ਉਸ ਤੋਂ ਬਾਅਦ ਆਪਣਾ ਕੀ ਕਰਦਾ ਆ, ਆਰਡਰ ਪਲੇਸ ਕਰਦਾ ਆ। ਆਰਡਰ ਪਲੇਸ ਕਰਨ ਤੋਂ ਬਾਅਦ ਕੀ ਹੁੰਦਾ ਆ, ਪ੍ਰੋਡਕਟ ਮੈਨੂਫੈਕਚਰ ਹੁੰਦਾ ਆ। ਮੈਨੂਫੈਕਚਰ ਤੋਂ ਹੋਣ ਤੋਂ ਬਾਅਦ ਕੀ ਹੁੰਦਾ ਹੈ, ਸਟੋਕ ਮੈਨੇਜਮੈਂਟ, ਕਿਉਂਕਿ ਕਿ ਜਿੰਨਾ ਰੋ ਮਟੀਰੀਅਲ ਉੱਥੇ ਕੰਜ਼ਿਊਮ ਹੋ ਗਿਆ, ਉਸ ਤੋਂ ਬਾਅਦ ਜਿਹੜਾ ਮਟੀਰੀਅਲ ਤੁਹਾਡੇ ਕੋਲ ਬਚਦਾ ਉਹਨੂੰ ਮੈਨੇਜ ਵੀ ਤਾਂ ਕਰਨਾ ਆ। ਸਟੋਕ ਮੈਨੇਜਮੈਂਟ, ਦੈਨ ਤੁਹਾਡਾ ਕੀ ਹੁੰਦਾ, ਜਨਰੇਟ ਆਰਡਰਸ ਟੂ ਪ੍ਰੋਵਾਈਡਰ, ਮਤਲਬ ਪ੍ਰੋਵਾਈਡਰ ਕੌਣ ਹੁੰਦਾ ਆ, ਹਾਂ ਜਿਹੜਾ ਸਪਲਾਇਰ ਹੁੰਦਾ ਉਹ ਕੌਣ ਹੁੰਦਾ ਆ, ਪ੍ਰੋਵਾਈਡਰ। ਠੀਕ ਹੈ, ABC analysis. Normally the material are classified on the basis of the following components versus volume and value. ਹੁਣ ABC analysis ਕਿਹਦੇ ਤੇ based ਹੈ, volume ਤੇ value ਤੇ। ਠੀਕ ਹੈ, based on the above basis the material are classified into 3 categories. ਹੁਣ ਕਿੰਨੀ categories ਦੇ ਵਿੱਚ divide ਕੀਤਾ ਇਹਨੂੰ, 3 categories ਦੇ ਵਿੱਚ, lesser percentage in volume and greater percentage in volume. ਇਹ ਕੀ define ਕਰਦਾ ਆ, ਤੁਹਾਡੀ ਵੋਲੀਅਮ ਕੀ ਹੋਏਗੀ, ਘੱਟ ਹੋਏਗੀ ਤਾਂ ਤੁਹਾਡੀ ਤੁਹਾਨੂੰ ਉੱਥੇ ਕੋਸਟ ਕੀ ਦੇਣੀ ਪੈਣੀ ਹੈ, ਜ਼ਿਆਦਾ ਦੇਣੀ ਪੈਣੀ ਹੈ। ਠੀਕ ਹੈ, ਗ੍ਰੇਟਰ ਪਰਸੈਂਟੇਜ ਇਨ ਵੋਲੀਅਮ, ਲੈਸਰ ਪਰਸੈਂਟੇਜ ਇਨ ਵੈਲਿਊ। ਤੁਸੀਂ ਕੋਸਟ ਮਟੀਰੀਅਲ ਜ਼ਿਆਦਾ ਪਰਚੇਸ ਕਰੋਗੇ ਤਾਂ ਤੁਹਾਡੀ ਉੱਥੇ ਵੈਲਿਊ ਕੀ ਹੋ ਜਾਣੀ ਹੈ, ਕੋਸਟ ਕੀ ਹੋ ਜਾਣੀ ਹੈ, ਘੱਟ ਜਾਣੀ ਹੈ। ਠੀਕ ਹੈ, ਪਰਸੈਂਟੇਜ ਇਨ ਵੋਲੀਅਮ ਐਂਡ ਪਰਸੈਂਟੇਜ ਇਨ ਵੈਲਿਊ ਔਰ ਮੋਰ ਔਰ ਲੈਸ ਸਿਮਿਲਰ। ਅਗਰ ਤੁਹਾਡੀ ਵੋਲੀਅਮ ਅਤੇ ਕੋਸਟ
वैल्यू सेम है तो उत्थे की होना ये की रहेंगे इक्वल रहेंगे ठीक है नो चेंज।